ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਚਨ ਟਾਇਲ ਕਿਵੇਂ ਲਾਈਏ ਸਾਰੀ ਡਿਟੇਲ ਵਿੱਚ ਦੱਸਾਂਗੇ, ਕਿਵੇਂ ਲਾਈਏ ਕਿ ਸਾਰੀ ਪੂਰੀ ਜਾਣਕਾਰੀ, ਕਿਹੜੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਰੀ ਜਾਣਕਾਰੀ ਦੇਵਾਂਗੇ। ਜੇ ਵੀਡੀਓ ਪਰ ਨਵੇਂ ਆ ਤਾਂ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਵੈਲਡਿੰਗ ਟਾਇਲ ਪਲੰਬਰ ਦੀਆਂ ਵੀਡੀਓ ਦੇਖਣ ਲਈ। ਜਿਹੜੀ ਥੱਲੇ ਫਲੋਰ ਆ 2x2 ਦਾ ਲੱਗਿਆ, ਸਲੈਬ ਅਤੇ ਬਾਲ ਟਾਇਲ ਆ ਉਹ 2x4 ਦੀ ਲੱਗੀ ਆ। ਆ ਜੋ ਕਰਦੇ ਹਾਂ ਸ਼ੁਰੂ ਵੀਡੀਓ, ਇਹ ਆਪਣਾ ਕਿਚਨ ਆ। ਕਿਚਨ ਦਾ ਸਭ ਤੋਂ ਪਹਿਲਾਂ ਆਪਾਂ ਨੇ ਚੜਾਈ ਚੈੱਕ ਕਰਨੀ ਆ ਕਿਚਨ ਦੀ ਕਿੰਨੀ ਆ। ਜੇ ਆਪਾਂ ਟਾਇਲ ਲਾਉਣੀ ਤਾਂ 2.5x2.5 ਇੰਚ ਆਪਾਂ ਨੂੰ ਸਲੈਬ ਚਾਹੀਦੀ ਆ, 2.5x2 ਇੰਚ, ਤਾਂ ਆਪਣੇ ਮੂਹਰਲਾ ਲਟਕਣਾ ਜਿਹੜਾ ਲੱਗ ਜਾਂਦਾ, ਟਾਇਲ ਕੱਟਣ ਦੀ ਲੋੜ ਨਹੀਂ ਪੈਂਦੀ। 24 ਤਾਂ ਪਿੱਛੇ 1.5 ਇੰਚ ਦਾ ਪੀਸ ਲੱਗਦਾ, ਉਹ ਬੁਰਾ ਲੱਗਦਾ ਪਿਆ ਹੋਇਆ। ਮੂਹਰੇ ਆਪਣੇ 1.5 ਇੰਚ ਹੀ ਆਪਣੀ ਟਾਇਲ ਜਿਹੜੀ, ਮਤਲਬ ਟਾਇਲ ਤੋਂ 1.5 ਇੰਚ ਹੀ ਸਲੈਬ ਬੜੀ ਆ, 1.5 ਇੰਚ ਕੱਟਾਂਗੇ। ਕੱਟਣ ਦੇ ਬਾਅਦ ਆਪਾਂ ਨੇ ਉੱਪਰ ਵਾਲਾ ਲੈਵਲ ਕਰ ਲੈਣਾ, ਲੈਵਲ ਜ਼ਰੂਰੀ ਆ, ਚਾਰੇ ਪਾਸੇ ਲੈਵਲ ਲੈਵਲ ਕਰਕੇ ਨੀਲ ਮਾਰ ਲੈਣਾ। ਨੀਲ ਮਾਰਿਆ ਹੋਇਆ ਆ ਸਲੈਬ ਕੱਟ ਲਈ ਆਪਾਂ ਨੇ, 2.5x2 ਇੰਚ ਸਾਰੇ ਪਾਸੇ ਦੀ ਸਲੈਬ ਤਿਆਰ ਆ। ਆਪਣਾ ਮੂਹਰੀ ਟਾਇਲ ਆ ਜਿਹੜੀ ਆਰਾਮ ਗੱਲਾ ਲੱਗ ਜਾਣੀ, 2.5x2 ਇੰਚ ਦੇ ਵਿੱਚ ਮੂਹਰਲਾ ਲਟਕਣਾ ਜਿਹੜਾ, ਮੂਹਰੀ ਟਾਇਲ ਲਾਉਣੀ ਆ, ਇੱਕ ਟਾਇਲ ਦੇ ਵਿੱਚ ਹੀ ਮੂਹਰਿਆ ਲਟਕਣ ਅਤੇ ਪਿੱਛੇ ਤੱਕ ਚਲੇ ਜਾਣੀ ਆਪਣੀ। ਇਹ ਗੱਲ ਧਿਆਨ ਰੱਖਣ ਵਾਲੀ ਆ ਪਹਿਲਾਂ, ਸਭ ਤੋਂ ਪਹਿਲਾਂ ਟਾਇਲ ਲਾਉਣ ਤੋਂ ਪਹਿਲਾਂ। ਉਹਤੋਂ ਬਾਅਦ ਜਿਹੜਾ ਆਪਣੇ ਕੰਧ ਪਰ ਲੈਵਲ ਲਾਇਆ ਤਾਂ 2 ਸਾਈਡ ਸਲੈਬ ਦੇ, ਉਹਦੇ ਆਪਾਂ ਨੇ ਠੀਆ ਚੈੱਕ ਕਰ ਲੈਣਾ, ਮਤਲਬ ਠੀਏ ਲਾ ਲੈਣੇ 8 ਇੰਚ, ਅਤੇ ਪਿਛਲੀ ਸਾਈਡ ਮੂਹਰਲੀ ਸਾਈਡ ਆ ਜਿਹੜਾ ਉਹ ਹੈਂਡ ਲੈਵਲ ਨਾਲ ਰੱਖ ਕੇ ਲਾ ਲੈਣਾ, ਹੈਂਡ ਲੈਵਲ ਨਾਲ ਲਾ ਲਿਆ। ਪਿਛਲੀ ਸਾਈਡ ਜਿਹੜਾ ਧਾਗਾ ਉਹਦੇ ਹਿਸਾਬ ਨਾਲ ਲਾ ਲੈਣਾ, ਉੱਪਰ ਧਾਗਾ ਲੱਗਿਆ ਕੰਧ ਪਰ, ਗਜ ਮਾਰ ਲੈਣਾ। ਗਜ ਮਾਰ ਕੇ ਠੋਸ ਹੋ ਜਾਂਦਾ ਇਹਦਾ ਜਿਹੜਾ ਪਲਸਤਰ ਆ, ਚੰਗੀ ਤਰ੍ਹਾਂ ਆਪਣੇ ਗਜ ਮਾਰ ਲਿਆ। ਗਜ ਮਾਰਨ ਤੋਂ ਬਾਅਦ ਹੁਣ ਆਪਾਂ ਟਾਇਲ ਰੱਖਾਂਗੇ, ਟਾਇਲ ਰੱਖ ਕੇ ਚੰਗੀ ਤਰ੍ਹਾਂ ਸੈਟਿੰਗ ਕਰ ਲੈਣੀ ਪਹਿਲਾਂ ਚਾਰੇ ਪਾਸੇ, ਪਾਲੀ ਸਾਈਡ ਵੀ, ਉੱਧਰ ਵੀ। ਜੇ ਵਿੱਚ 1.5 ਇੰਚ ਦੀ ਕਾਨ ਆ, 1.5 ਇੰਚ ਦੀ ਕਾਨ ਦੇ ਵਿੱਚ ਹੀ ਟਾਇਲ ਕੱਟਾਂਗੇ ਆਪਾਂ। ਡੇਢ ਇੰਚ ਦੀ ਟਕਾਨ ਆ ਇਹਦੇ ਵਿੱਚ, ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਕਰ ਲੈਣਾ। ਜਿਹੜੀ ਸਲੈਬ ਦਾ ਕਾਊਂਟਰ ਹੁੰਦਾ ਤਕਰੀਬਨ ਡੈਡ ਲੈਵਲ 'ਚ ਹੀ ਹੁੰਦਾ, ਦੋਨੇ ਸਾਈਡ ਨੂੰ ਲਵਾਈ ਚੜਾਈ ਡੈਡ ਲੈਵਲ, ਕਿਉਂਕਿ ਉੱਪਰ ਜਿਹੜੇ ਕਾਊਂਟਰ ਬਣਦੇ ਆ ਕੱਲ੍ਹ ਉਹਨਾਂ 'ਚ ਦਿੱਕਤ ਨਹੀਂ ਆਉਂਦੀ ਲੱਕੜੀ ਦੇ, ਉਹ ਜਮੀ ਵਧੀਆ ਬਣ ਜਾਂਦੇ ਆ। ਟਾਇਲ ਜਿਵੇਂ 2 ਫੁੱਟ ਲਾਈਏ 2.5 ਫੁੱਟ ਦੇ ਉੱਪਰ ਟਿਕ ਜਾਂਦੇ ਆ, ਵਾਲ ਟਾਇਲ 2 ਫੁੱਟ ਲਾਉਂਦੇ। ਉਹਦੇ ਬਾਅਦ ਜਿਹੜੀ ਆਪਣੇ ਸੈਟਿੰਗ ਕਰੀ ਤੀ ਸਾਰੀ ਟਾਇਲ ਦੀ, ਚੱਕ ਚੱਕ ਕੇ ਇਕੱਲੇ ਇਕੱਲੇ ਨੀਰੂ ਮਾਰ ਕੇ ਪੱਕੀਆਂ ਕਰ ਦੇਣਾ ਇਹਨੂੰ। ਚੰਗੀ ਤਰ੍ਹਾਂ ਆਪਾਂ ਨੇ ਥੋੜ੍ਹੇ ਨਾਲ ਠੋਕ ਦੇਣਾ ਸਾਰੀ ਜਿਹੜੀ ਸੈਟਿੰਗ ਵਾਲੀ, ਇਕੱਲੀ ਇਕੱਲੀ ਚੱਕ ਕੇ ਨੀਰੂ ਮਾਰ ਲੈਣਾ। ਨੀਰੂ ਮਾਰ ਕੇ ਪੱਕੀਆਂ ਕਰ ਲੈਣਾ ਆਪਾਂ ਨੇ। ਦੋ ਚਾਰ ਦੀ ਟਾਇਲ ਆ ਜਿਹੜੀ ਸਲੈਬ ਵਾਲੀ ਆ ਆਪਣੀ, ਉਹਦੇ ਬਾਅਦ ਆਪਾਂ ਨੇ ਸ਼ੈਂਕ ਫਿੱਟ ਕਰਨਾ, ਸ਼ੈਂਕ ਦੇ ਸਾਈਡਾਂ ਪਰ ਸਮਿੰਟ ਲਾ ਕੇ ਪੱਖਾ ਕਰ ਦੇਣਾ। ਜੇ ਗ੍ਰੇਨਾਈਟ ਪੱਥਰ ਹੁੰਦਾ ਫਿਰ ਆਪਾਂ ਬਾਅਦ 'ਚ ਕੱਢਦੇ ਹਾਂ, ਉਹਦੀਆਂ ਵੀਡੀਓ ਚੈਨਲ ਦੇ ਪੰਜਾਂ ਜਾ ਕੇ ਦੇਖ ਸਕਦੇ। ਇਹ ਵੀ ਆਪਣਾ ਡੈਡ ਲੈਵਲ 'ਚ ਆ ਸ਼ੈਂਕ ਫਿੱਟ ਕਰਨਾ, ਡੈਡ ਲੈਵਲ 'ਚ ਜਿਹੜੇ ਮੂਹਰੇ ਵਾਲੇ ਪੀਸ ਆਪਾਂ ਨੇ ਉਹ ਵੀ ਪਾ ਤੇ। ਮੂਹਰੇ ਆਪਣਾ 4 ਇੰਚ ਪਰਾਂ, 1 ਸਾਈਡ 'ਤੇ 3 ਆ ਪਿੱਛੇ, ਅਤੇ ਆਪਣਾ 3 ਮੂਹਰੇ 3 ਆ ਪਿੱਛੇ 2 ਇੰਚ, ਮਤਲਬ 1.5 ਇੰਚ ਦੀ ਕਾਣ ਆ। ਚੰਗੀ ਤਰ੍ਹਾਂ ਫਿੱਟ ਕਰ ਲਿਆ,
ਸਲੈਬ ਆਪਣੀ ਤਿਆਰ ਆ, ਚਿੰਕ ਵੀ ਫਿੱਟ ਹੋ ਗਿਆ ਆਪਣਾ ਸਲੈਬ ਉੱਪਰ। ਹੁਣ ਆਪਾਂ ਬਾਲ ਟੈਲ ਲਾਵਾਂਗੇ। ਬਾਲ ਟੈਲ ਆਪਣੀ 2-4 ਦੀ ਹੈ। ਬਾਲ ਟੈਲ ਵੀ ਕਰੀਮ ਕਲਰ ਦੀ ਆ ਪਈ ਆ, ਇਹਦੀ ਵੀ ਚੰਗੀ ਤਰ੍ਹਾਂ। ਅਤੇ ਆਪਣਾ ਜਿਹੜਾ ਸਲੈਬ ਲੱਗੀ ਉਹ ਡੈਡ ਲੈਵਲ 'ਚ ਲੱਗੀ, ਉਹਦੇ ਉੱਪਰ ਰੱਖ ਕੇ ਲਾ ਦੇਣੀ ਆਪਾਂ ਨੇ, ਜੋੜ ਨਾਲ ਜੋੜ ਐਨ ਮਿਲ ਜਾਣਾ ਆਪਣੇ ਟੈਲ ਦਾ। ਜੇ ਆਪਣੀ ਢਾਲ 'ਚ ਲੱਗੀ ਹੁੰਦੀ ਫਿਰ ਦਿੱਕਤ ਆਉਂਦੀ ਹੈ ਸਲੈਬ ਦੀ। ਤਕਰੀਬਨ ਇਹ ਡੈਡ ਲੈਵਲ 'ਚ ਲੱਗੀ ਹੋਈ ਹੈ ਸਲੈਬ। ਡੈਡ ਲੈਵਲ 'ਚ ਲਾਉਂਗੇ ਫਿਰ ਉੱਪਰ ਵਾਲੀ ਟੈਲ ਐਨ ਪ੍ਰੋਪਰ ਸੈੱਟ ਆ ਜਾਂਦੀ ਹੈ। ਆਹ ਵਾਲੀ ਆਪਣੀ 7x12 ਦਾ ਕਿਚਨ ਆ। ਇਹ ਬੋਰਡ ਵਿੱਚ ਨੂੰ ਕੱਢਤਾ ਆਪਾਂ ਨੇ, ਬਿਜਲੀ ਵਾਲਾ ਬੋਰਡ ਆ ਰਿਹਾ। ਜਿਹੜੀ ਸਲੈਬ ਦੇ ਉੱਪਰ ਆਪਾਂ 2-2 ਫੁੱਟ ਹੀ ਟਾਇਲ ਲਾਵਾਂਗੇ। ਟਾਇਲ ਲੱਗੀ ਹੋਈ ਹੈ 2 ਫੁੱਟ ਹੀ, ਅੱਧਾ ਸਲੈਬ ਤੱਕ, ਉੱਧਰ ਪਰਲੀ ਸਾਈਡ ਵੀ ਸ਼ੈਂਕ ਆ ਜੀ, ਅਤੇ ਸ਼ੈਂਕ ਦੇ ਵੀ ਸਲੈਬ ਤੱਕ ਹੀ ਲਾਵਾਂਗੇ ਉੱਪਰ ਉੱਪਰ ਹੀ 2-2 ਫੁੱਟ। ਚਾਰੇ ਪਾਸੇ ਘੁਮਾਉਣਾ ਚਾਹੁੰਦੇ, ਚਾਰੇ ਪਾਸੇ ਵੀ ਘੁੰਮ ਜਾਂਦੀ ਹੈ ਟਾਇਲ। ਇਹ ਜਿਵੇਂ ਕਾਊਂਟਰ ਦੇ ਮਤਲਬ ਸਲੈਬ ਦੇ ਥੱਲੇ ਘੁਮਾਉਣਾ ਚਾਹੁੰਦੇ, ਬਕਸੇ ਬਣ ਜਾਂਦੇ, ਫਿਰ ਸਲਾਬ ਨਹੀਂ ਆਉਂਦੀ ਉਹਦੇ, ਉਹ ਵੀ ਆਪਾਂ ਘੁਮਾਉਣਾ ਚਾਹੁੰਦੇ ਤਾਂ ਘੁਮਾ ਸਕਦੇ। ਇਹਦੇ ਵਿੱਚ ਆਪਾਂ ਨੇ 2 ਫੁੱਟ ਸਲੈਬ ਦੇ ਉੱਪਰ ਉੱਪਰ ਹੀ ਲਾਈ ਹੈ ਉੱਲੀ। ਵੀ ਲੱਗ ਗਈ ਆਪਣੇ ਜਿਹੜਾ ਮੂਹਰੇ ਵਾਲਾ ਆਪਾਂ ਨੇ ਪੀਸ ਆ 3 ਇੰਚੀ ਲਾਇਆ, ਉਹ ਸਰੀਏ ਦੇ ਨਾਲ ਆਪਾਂ ਨੇ ਖੜਾ ਤਾ। ਦੂਜੀ ਸਵੇਰ ਸਰੀਏ ਕੱਢ ਦੇਣੇ। ਕਿਚਨ ਤਿਆਰ ਆ। ਆਪਣਾ ਸਲੈਬ ਦਾ ਸ਼ੈਂਕ ਆ ਜਿਹੜਾ 45x20 ਦਾ, ਉੱਪਰ ਆਪਣੀ 2-2 ਫੁੱਟ ਕਰੀਮ ਟਾਇਲ ਘੁੰਮੀ ਹੋਈ ਆ। ਸਲੈਬ ਦਾ ਜਿਹੜਾ ਕਾਊਂਟਰ ਆ ਉਹ ਬਲੈਕ ਟਾਇਲ ਆ ਸਲੈਬ। ਜਿਹੜਾ ਨੀਚੇ ਆਪਣਾ ਫਲੋਰ ਆ 2x2 ਦਾ, ਆਪਣਾ ਜੋੜ ਕੇ ਲਾਈ ਹੋਈ ਹੈ 2x2 ਦਾ। ਇੱਧਰ ਆਪਾਂ ਡਾਊਨ ਕਰਕੇ ਲਾਈਏ ਜਿਹੜਾ ਸ਼ੈਂਕ ਦੇ ਨੀਚੇ ਆ।